ऐसे ऐसे हीरे तराशे हैं आपने, अब उनको यहां बुलाया ना जाए बारी बारी, ऐसा हाँ। हो नहीं सकता। बहुत सी तालियां आपके हर दिल अजीज अब्बास साहब। क्या बात, जिंदाबाद बाद से निकल जाओ। ठीक हो होर सन ए भैन आवाज तू ठीक है? नहर च नहा के कहंदी ओए मेरी जेब कट ली किसे। फरिश्तियां ने खिंच लिया। इन्हू भी फरिश्ते 2 किलो देसी घ्यो दे गए। अच्छा कहिंदे जान बना सी कढ़न आउणा ही। अब्बास भाई एडा कमजोर अंदर नाड़ ही कोई नहीं, सारा धागे का काम होया। आउटले भाई एक बंदे ने 5,000 वाला नोट दिता, इन्हों ने इन्ना चेक किया उसका बाबा उल्टा करता। हाँ होर भाई इन्हों एक डाकुआ ने कहा कट दे जो कुछ है गई, इन्ना को कुछ नहीं, इन्ह ने उन्होंने ही 500 कट लिया। एक फिल्म 2 दफा वेख के कई ने कापी। आप भाई ने नवी नवी कार लाई। अच्छा। कार ची जा रहे अगे महाराज जिक्र है बिच बैठी पहुंचे टूंगी यार। दानिश साहब आ जाओ, क्या बात है, आदाब दिल पजीर और रानाइयों भरा पेश करता हूँ सनदे कबूलियत अता कीजिए। अरे दिलो जान से कबूल सर। तस्लीमात तस्लीमात। ताजी आपके नाम एक शेर करूंगा। जी जी। कुंजश के फरोम आया हो आहा या सरबरा वरदाए बजम हो, आहा जहां पे जाते हैं ये तीन लोग वहां ना जब्त हो ना नज्म हो। ओए अच्छा तुझे दौर नहीं जीता, वहां ना जब्त हो ना नज्म हो, मेरी दुआ है जेड़ी शह तू खाए तनु हजम हो। सोने दा दंदल वाले डाकू आए इंज गल कर लकड़ की लत सी। अच्छा ओए होए होए दुश्मन ओदी लत वड्डण आई उहनां दी कुहाड़ी विच फस गई। और आपणे बाल साहब नूं नहर च नहीं नहाउण दिंदे, कहिंदे लत नूं पत्ते निकल आउंदे। काला साहब ते बाल साहब दी वी लकड़ दी लत सी ते विच मोबाइल रखण लई वी जगह बनवाई। और माशाल्लाह इक लत पालिश कराउंदे सी इक मालिश कराउंदे। चीक निकल गई, मैं क्या चाचा जी की होया, कहिंदा पुत्र लकड़ वाला पैर असल पैर ते आ गया।
ਇਹਨਾਂ ਦੇ ਵਾਲਾ ਸਾਹਿਬ ਦੀ ਵੀ ਲੱਕੜ ਦੀ ਲੱਤ ਸੀ, ਇੱਕ ਨੂੰ ਤੇਲ ਨਾਲ ਮਿੱਟੀ ਦੇ ਨਾਲ ਮਾਲਿਸ਼ ਕਰ ਰਹੇ ਤੇ ਇੱਕ ਨੂੰ ਸਰੋਂ ਦੇ ਨਾਲ। ਮੈਂ ਕਿਹਾ ਮਿੱਟੀ ਦੇ ਨਾਲ ਕਾਹਤੋਂ ਕਰ ਰਹੇ? ਕਹਿੰਦਾ ਇਹਨੂੰ ਸਿਉਂਕ ਨਹੀਂ ਪਏਗੀ। ਮੈਂ ਕਿਹਾ ਤੇਰੇ ਅੱਬਾ ਜੀ ਘਰੋਂ ਬਾਹਰ ਨਹੀਂ ਆਉਂਦੇ, ਕੀ ਗੱਲ ਏ? ਕਹਿੰਦੇ ਉਹ ਫੁੱਫੋ ਲੱਤ ਲਗਾਈ ਇਹਨਾਂ ਦਰੀਆਂ ਧੋਣ ਲਈ। ਲੱਕੜ ਦੀ ਲੱਤ ਘੁੱਟਣ ਦਿਆ ਰਾਤ ਨੂੰ ਅੱਬੇ ਹੋਣਾਂ ਦੀ, ਤੇ ਇਹਨੂੰ ਮਹਿਸੂਸ ਹੋਇਆ ਵੀ ਅੱਗੇ ਅੱਬਾ ਹੈ ਨਹੀਂ। ਕਹਿੰਦਾ ਅੱਬਾ ਜੀ ਤੇ ਪਿੱਛੋਂ ਵਾਸ਼ਰੂਮ ਦਾ ਪੁੱਤ, ਘੁੱਟੀ ਜਾ ਘੁੱਟੀ ਜਾ, ਮੈਂ ਤੇਰਾ ਵਾਸ਼ਰੂਮ ਟਾਇਆ। ਬਾਣੀ ਸਾਹਿਬ ਕਿਆ ਕਿਆ ਬਾਣੀ ਜੀ, ਲੱਕੜ ਦੀ ਲੱਤ ਸੀ ਉਹ ਵੀ ਸੌਂ ਗਈ। ਸਰ ਆਪਕਾ ਇੱਕ ਔਰ ਨਗੀਨਾ ਜਿਸ ਪੇ ਆਪਨੇ ਮਿਹਨਤ ਕੀ ਹੈ, ਪੂਰਾ ਪਾਕਿਸਤਾਨ ਹੀ ਇਸ ਲੜਕੇ ਕੋ ਪਸੰਦ ਕਰਤਾ ਹੈ। ਆਪਕੇ ਆਨੇ ਕਾ ਬਹੁਤ ਬਹੁਤ ਸ਼ੁਕਰੀਆ ਦਾਨਿਸ਼ ਸਾਹਿਬ, ਸਜਾਦ ਸਾਹਿਬ ਕੇ ਲਈ ਔਰ ਦਾਨਿਸ਼ ਸਾਹਿਬ ਕੇ ਲਈ ਬਹੁਤ ਬਹੁਤ ਤਾਲੀਆਂ ਕਿ ਐਸੇ ਲੋਕ। ਥੈਂਕ ਯੂ ਸਰ। ਸਖਾਵਤ ਸਾਹਿਬ, ਸਖਾਵਤ ਸਾਹਿਬ ਨੇ ਟਾਇਰਾਂ ਵਾਲੇ ਬੂਟ ਪਾਏ ਤੇ ਇੱਕ ਪਿੱਛੇ ਟੰਗਿਆ, ਮੈਂ ਕਿਹਾ ਇਹ ਕੀ ਕਹਿੰਦੇ ਸਟੱਪਣੀ ਆ। ਸਜਾਦ ਸਾਹਿਬ ਕੋਈ ਗਾਣਾ ਹੋ, ਅਦਾਕਾਰੀ ਹੋ, ਕੋਈ ਡਾਇਲੋਗ ਹੋ, ਉਹ ਅਗਰ ਇੱਕ ਦਫਾ ਮਸ਼ਹੂਰ ਹੋ ਜਾਏ ਤਾਂ ਫਿਰ ਸਾਲਾ ਸਾਲ ਚਲਤਾ ਰਹਿਤਾ ਹੈ। ਆਪਕਾ ਕਾਮ ਐਸਾ ਮੁਸ਼ਕਿਲ ਕਾਮ ਹੈ ਕਿ ਇੱਕ ਜੁਗਤ ਅਗਰ ਇੱਕ ਦਫਾ ਹੋ ਜਾਏ ਤਾਂ ਦੁਬਾਰਾ ਨਹੀਂ ਕਰ ਸਕਦੇ। ਨਹੀਂ ਸਰ। ਕੈਸੇ ਚਲਤਾ ਹੈ ਫਿਰ ਨਿਜ਼ਾਮ ਇਤਨੇ ਮੁਸ਼ਕਿਲ ਕਾਮ ਮੇਂ? ਸਰ ਵੋ ਐਸਾ ਹੋਤਾ ਹੈ ਨਾ ਕਿ ਜਬ ਆਪ ਸਿਚੁਏਸ਼ਨ ਪੇ ਬਾਤ ਕਰਤੇ ਨਾ ਤੋ ਵੋ ਕਭੀ ਖਤਮ ਨਹੀਂ ਹੋਤੀ ਮੇਰੇ ਹਿਸਾਬ ਸੇ। ਅੱਛਾ। ਕਿਉਂਕਿ ਸਿਚੁਏਸ਼ਨ ਕੇ ਅੰਦਰ ਸੇ ਬਾਤੇਂ ਨਿਕਲਤੀ ਹੈ। ਸਿਚੁਏਸ਼ਨ ਚੇਂਜ ਹੋ ਗਈ, ਆਪ ਇਧਰ ਲਾਰੀ ਅੱਡੇ ਕੀ ਤਰਫ ਚਲੇ ਗਏ ਤੋ ਵਹਾਂ ਪੇ ਨਈ ਬਾਤੇਂ ਹੀ ਹੋਂਗੀ। ਜੁਗਤ ਜੋ ਹੈ ਨਾ ਵੋ ਰਿਪੀਟ ਹੋ ਜਾਤੀ ਹੈ, ਲਾਈਕ ਜੈਸੇ ਅਭੀ ਤੇ ਤੂੰ ਇੰਜ ਇੰਜ ਹੁੰਦਾ ਹੀ ਇੰਜ ਹੁੰਦਾ ਹੀ, ਵੋ ਕਹੀਂ ਨਾ ਕਹੀਂ ਆਪ ਖਤਮ ਹੋ ਸਕਤੀ ਹੈ। ਸਿਚੁਏਸ਼ਨ ਪੇ ਜਬ ਆਪ ਬਾਤੇਂ ਨਿਕਾਲਤੇ ਨਾ ਸਰ, ਮੇਰੇ ਹਿਸਾਬ ਸੇ ਵੋ ਖਤਮ ਹੀ ਨਹੀਂ ਹੋਤੀ। ਜਾਨੀ ਸਾਹਿਬ ਆਪਕੇ ਬੜੇ ਸ਼ਾਗਿਰਦ ਹੈ, ਆਪਕੇ ਉਸਤਾਦ ਕੌਣ ਹੈ? ਆਏ ਸਰ ਮੇਰੇ ਯੇ ਸਾਰੇ ਉਸਤਾਦ ਹੈ, ਸਹੀ ਸਹੀ ਦਿਲ ਸੇ ਅੱਲਾ ਗਵਾਹ ਇਸ ਬਾਤ ਕਾ। ਨਹੀਂ ਜਾਨੀ ਭਾਈ, ਇਹ ਆਪਕੀ ਮੁਹੱਬਤ ਹੈ, ਅੱਲਾ ਤਾਲਾ ਨੇ ਜਿਤਨੀ ਆਪਕੋ ਇੱਜ਼ਤ ਦੀ, ਜਿਤਨੀ ਪਹਿਚਾਨ ਦੀ ਹੈ, ਆਜ ਕੇ ਦੌਰ ਮੇਂ ਬੈਠ ਕੇ ਅਗਰ ਯੇ ਬਾਤ ਆਪ ਕਰ ਰਹੇ ਹੈ ਤੋ ਆਪ ਮਾਸ਼ਾਅੱਲਾ ਬੜੇ ਫਨਕਾਰ ਹੈ ਔਰ ਬੜੇ ਲੋਗ। ਜ਼ਿੰਦਾਬਾਦ। ਵਰਨਾ ਇੱਥੇ ਆ ਕੇ ਲੋਕੀ ਕਹਿਣ ਲੱਗ ਪਏ ਮੈਂ ਓਏ ਕਿਦਾਂ ਡਿੱਗ ਪਿਆ। ਜਾਨ ਭਾਈ ਜੀ, ਭਾਈ ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ ਹੁਣ ਸ਼ੁਰੂ ਹੋ ਗਈ ਹੈ। ਇੱਧਰ ਵੇਖ ਲਓ, ਸੰਗਲ ਲੈ ਕੇ ਬੱਸ ਚੜ ਗਿਆ। ਘਰ ਚ ਲੜਾਈਆਂ ਹੁੰਦੀਆਂ ਰਹਿੰਦੀਆਂ, ਭਾਬੀ ਦੀ ਟਿੰਡ ਕਿਉਂ ਕੀਤੀ? ਭਾਜੀ ਮੇਰੀ ਗੱਲ ਸੁਣੋ, ਤੁਹਾਡੇ ਕੋਲ ਆਪਣਾ ਸ਼ੇਰ ਆ ਨਾ, ਮੇਰੇ ਕੋਲ ਆਪਣਾ ਚੀਤਾ ਵਾ। ਚੀਤਾ ਵੇਖ ਲਓ, ਇਹਨੂੰ ਕਿਸੇ ਨੇ ਕਿਹਾ ਉਹ ਕਿਹੜਾ ਜਾਨਵਰ ਹੈ ਜਿਹਦੇ ਮੂੰਹ 'ਚ ਦੰਦ ਨਹੀਂ? ਕਹਿੰਦਾ ਮੇਰੀ ਦਾਦੀ। ਅਸੀਂ ਜੁਗਤਾਂ ਵਾਲੇ ਨਹੀਂ ਹੈਗੇ, ਅਸੀਂ ਪ੍ਰੈਕਟੀਕਲੀ ਲੜਨ ਵਾਲੇ ਆ। ਤੇ ਸ਼ਵਾਰਮਾ ਲੈਣ ਗਿਆ ਤੇ ਚੁੱਕ ਨਹੀਂ ਹੋਇਆ, ਪੈਰਾਂ ਨਾਲ ਰੇੜਦਾ ਆਉਣ ਡਿਆ। ਇਹ ਵੀ ਸ਼ਵਾਰਮਾ ਲੈਣ ਗਿਆ, ਉਹਨੇ ਕਿਹਾ ਮੇਰੇ ਕੋਲ ਚੁੱਕਿਆ ਤੇ ਨਹੀਂ ਜਾਣਾ, ਮੋਢੇ ਤੇ ਚੁਕਾ ਦੇ। ਲਓ ਜੀ, ਇੱਕ ਸਵਾਰ ਮੇਂ ਚ ਦੋਵੇਂ ਭੁਗਤ ਗਏ। ਸ਼ਵਾਰਮਾ ਜਾਨੀ ਦੇ ਅੱਗੇ ਲੱਗਦਾ ਵੱਡਾ ਆਲੂ ਪਿਆ।